ਇੱਕ ਤਾਂ ਸਿਰਫ ਆਪਾਂ ਚੁਣਾਵ ਲੜਦੇ ਹਾਂ ਸਿਰਫ ਲੜਨਾ, ਇੱਕ ਇਹਦਾ ਵਾਕਈ ਮੈਂਬਰਾਂ ਵਾਸਤੇ ਲੜ ਰਹੇ ਹਾਂ, ਮੈਂਬਰਾਂ ਦੀ ਬਿਹਤਰੀ ਲਈ ਲੜ ਰਹੇ ਹਾਂ, ਮੈਂਬਰਾਂ ਲਈ ਕੋਈ ਵਿਜ਼ਨ ਲੈ ਕੇ ਆ ਰਹੇ ਹਾਂ, ਕੀ ਤੁਹਾਡਾ ਕਹਿਣਾ? ਆਪਣੀ ਜਿਹੜੀ ਗੱਲ ਹੁੰਦੀ ਹੈ, ਆਪਣੇ ਜਿਹੜੇ ਵਿਊਜ਼ ਹੁੰਦੇ ਆ, ਆਪਣੇ ਜਿਹੜੇ ਆਈਡੀਆਜ਼ ਹੁੰਦੇ ਆ, ਉਹਨੂੰ ਤੁਸੀਂ ਰਿਪ੍ਰੈਜੈਂਟ ਕਰਦੇ ਹੋ ਸਮਾਜ ਦੇ ਵਿੱਚ ਜਾਂ ਹਰ ਜਗ੍ਹਾ 'ਤੇ, ਅਤੇ ਲੋਕ ਤੁਹਾਨੂੰ ਬਹੁਤ ਸਿਖਾਉਂਦੇ ਨੇ ਜੀ। ਖੂਬਸੂਰਤ ਇਮਾਰਤ ਬਣ ਗਈ, ਪਰ ਉਹਦੀ ਜਿਹੜੀ ਆਤਮਾ ਸੀ ਜਾਂ ਉਹਦਾ ਦਿਲ ਸੀ, ਉਹ ਕਿਤੇ ਨਾ ਕਿਤੇ ਉਹ ਦਿਲ ਵੀ ਜਿਹੜਾ ਉਹ ਬੜਾ ਖੂਬਸੂਰਤ ਦਿਲ ਜਿਹੜਾ ਉਹ 'ਚ ਧੜਕਦਾ ਦਿਲ ਉਹ ਚਾਹੀਦਾ ਸੀ। ਵਿਜ਼ਨ ਜਿਹੜਾ ਹੁੰਦਾ ਨਾ ਜੀ, ਵਿਜ਼ਨ ਤਾਂ ਉਹੀ ਹੁੰਦਾ ਕਿ ਜਿਹੜਾ ਪਹਿਲਾਂ ਵਿਜ਼ਨ ਦੇ ਦੇਵੇ ਜੀ। ਜਦੋਂ ਮੈਂ ਵਿਜ਼ਨ ਦਿੱਤਾ ਸੀ ਤਾਂ ਮੈਨੂੰ ਲੋਕਾਂ ਨੇ ਕਿਹਾ ਵੀ ਸੀ ਕਿ ਇਹ ਵੱਡੀ ਵੈਜੀਟੇਰੀਅਨ ਕਿਚਨ ਕਿਉਂ ਅਲੱਗ ਲੈ ਕੇ ਆਉਣਾ ਚਾਹੁੰਦਾ ਇਹ ਵਿਜ਼ਨ ਦੇ ਉੱਪਰ, ਅਤੇ ਅਗਰ ਮੈਂ ਆਉਂਦਾ ਮੈਂ ਤਾਂ ਕਰਾਂਗਾ ਹੀ ਕਰਾਂਗਾ ਕੰਮ, ਅਗਰ ਕੋਈ ਹੋਰ ਵੀ ਇੱਥੇ ਆਉਂਦਾ ਹੈਗਾ ਉਹ ਵੀ ਇਹਦੇ ਪ੍ਰੋਜੈਕਟ ਉੱਪਰ ਕੰਮ ਕਰਨਗੇ, ਕਿਉਂਕਿ ਇਹ ਸ਼ਹਿਰ ਵਾਸੀਆਂ ਦੀ ਇੱਕ ਬਹੁਤ ਵੱਡੀ ਡਿਮਾਂਡ ਹੈ ਹਰ ਘਰ ਦੇ ਵਿੱਚ। ਅਗਰ ਦੋ ਸ਼ਬਦਾਂ 'ਚ ਇਸ ਐਕਸਪੀਰੀਅੰਸ ਨੂੰ ਬਿਆਨ ਕੀਤਾ ਜਾਵੇ ਆਪਣੇ ਦਰਸ਼ਕਾਂ ਦੀ, ਵੀ ਇਹ ਕੀ ਫੀਲਿੰਗ, ਕੀ ਅਨੁਭੂਤੀ ਕੀ ਹੁੰਦੀ ਹੈ ਲੈਕਚਰ ਲੜਨ ਵਾਲੇ ਨੂੰ ਵੀ ਮੈਂ ਯਾਰ ਇਹ ਇਸ ਪੋਸਟ 'ਤੇ ਲੜ ਰਿਹਾ ਅਤੇ ਮੈਨੂੰ ਇਹ ਕੀ ਚੀਜ਼ ਤੁਹਾਨੂੰ ਡਰਾਈਵ ਕਰਦੀ ਹੈ? ਇੰਨੀ ਮਿਹਨਤ ਕਰ ਲਓ ਵੀ ਸਵੇਰੇ 4 ਵਜੇ ਉੱਠੇ, ਰਾਤੀ 2-2 ਵਜੇ ਤੱਕ ਤੁਸੀਂ ਕੰਮ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਮਿਲਣਾ ਤਾਂ ਕੁਛ ਨਹੀਂ ਹੈਗਾ ਇੱਥੋਂ। ਫਸਟ ਆਫ ਆਲ ਇਹੀ ਬੜੀ ਵੱਡੀ ਗੱਲ ਹੈ ਕਿ ਅਸੀਂ ਇੱਕ ਟੈਸਟ ਕਰ ਰਹੇ ਹਾਂ, ਨੰਬਰ 1। ਨੰਬਰ 2 ਜਿਹੜਾ ਹੈ ਕਿ ਲੀਡਰਸ਼ਿਪ ਕੁਆਲਿਟੀ ਤੁਹਾਡੇ 'ਚ ਕ੍ਰੀਏਟ ਹੁੰਦੀ ਹੈ ਜੀ। ਔਰ ਐਵਰੀ ਇਲੈਕਸ਼ਨ ਜੇ ਤੁਸੀਂ 2 ਸ਼ਬਦਾਂ 'ਤੇ ਗਿਆ, ਇਹ ਤੁਹਾਨੂੰ ਇੱਕ ਨਵਾਂ ਐਕਸਪੀਰੀਅੰਸ ਦਿੰਦਾ। ਤੁਸੀਂ ਕੈਂਡੀਡੇਟ ਉਹ ਲੈ ਕੇ ਆਓ ਜਿਹੜਾ ਕੈਂਡੀਡੇਟ ਤੁਹਾਡੇ ਲਈ ਤੁਹਾਡੀ ਆਵਾਜ਼ ਬਣ ਸਕਦਾ ਹੈ, ਉਹ ਜਾ ਕੇ ਤੁਹਾਡੇ ਮੈਟਰਸ ਡਿਸਕਸ ਕਰ ਸਕਦਾ ਹੈ। ਜਿਮਖਾਨਾ ਦੀ ਗੱਲ ਹੋਵੇ ਅਤੇ ਇਹਦੇ ਚੁਣਾਵਾਂ ਦੀ ਗੱਲ ਨਾ ਕੀਤੀ ਜਾਵੇ, ਇੱਦਾਂ ਹੋ ਹੀ ਨਹੀਂ ਸਕਦਾ। ਜਿਮਖਾਨਾ ਔਰ ਜਿਮਖਾਨਾ ਦੇ ਇਲੈਕਸ਼ਨਸ, ਇਹਨਾਂ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਗਰਮਾ ਗਰਮੀ, ਹਲਚਲ ਔਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਰਹਿੰਦੀਆਂ। ਜਿਮਖਾਨਾ ਦੇ ਜਿਹੜੇ 2024 ਦੇ ਇਲੈਕਸ਼ਨ ਹੋ ਰਹੇ ਨੇ, 10 ਮਾਰਚ ਰਵੀਵਾਰ ਨੂੰ ਹੋ ਰਹੇ ਨੇ ਔਰ ਹੁਣ ਉਹਦੇ 'ਚ ਕੋਈ ਬਹੁਤ ਜ਼ਿਆਦਾ ਦਿਨ ਨਹੀਂ ਰਹਿ ਗਏ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 2 ਗਰੁੱਪ ਇਸ ਵੇਲੇ 14 ਪੋਸਟਾਂ ਲਈ ਕੰਟੈਸਟ ਕਰ ਰਹੇ ਨੇ ਔਰ ਉਹਨਾਂ ਵਿੱਚੋਂ ਇੱਕ ਗਰੁੱਪ ਹੈ ਪ੍ਰੋਗਰੈਸਿਵ ਗਰੁੱਪ, ਜਿਸ ਦੇ ਵਿੱਚ ਕਿ ਬਤੌਰ ਜੂਨੀਅਰ ਵਾਈਸ ਪ੍ਰਧਾਨ ਦੀ ਪੋਸਟ ਦੇ ਉੱਪਰ ਇਲੈਕਸ਼ਨ ਲੜ ਰਹੇ ਹੈਗੇ ਨੇ ਸ਼ਹਿਰ ਦੇ ਜਾਣੇ ਮਾਨੇ ਕਾਰੋਬਾਰੀ, ਲੈਦਰ ਇੰਡਸਟਰੀ ਦੇ ਵਿੱਚ ਇੱਕ ਆਪਣਾ ਅਲੱਗ ਮੁਕਾਮ ਰੱਖਣ ਵਾਲੇ SPS ਰਾਜੂ ਵਿਰਕ। ਰਾਜੂ ਜੀ, ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ ਦੇ ਵਿੱਚ। ਥੈਂਕ ਯੂ ਅਮਿਤ ਜੀ। ਰਾਜੂ ਜੀ, ਅੱਜ ਆਪਾਂ ਗੱਲ ਕਰਨੀ ਹੈ ਇਲੈਕਸ਼ਨ ਦੀ, ਤਾਂ ਗੱਲਾਂ ਬਹੁਤ ਹੋ ਗਈਆਂ, ਪਰ ਕਲੱਬ ਦੇ ਡਿਵੈਲਪਮੈਂਟ ਨੂੰ ਲੈ ਕੇ, ਕਲੱਬ ਦੀਆਂ ਜਿਹੜੀਆਂ ਇੰਟਰਨਲ ਜਿਹੜੇ ਆਪਾਂ ਕਹਿੰਦੇ ਹਾਂ ਜਿਹਨੂੰ ਸੈਕਿੰਡ ਹੋਮ ਕਿਹਾ ਜਾਂਦਾ ਹੈ, ਉਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਜਿਹਦੇ ਵਿੱਚ ਮੈਂਬਰ ਜਿਹੜੇ ਨਾ ਉਹਨਾਂ ਦਾ ਕਿਤੇ ਨਾ ਕਿਤੇ ਰੁਝਾਨ ਘੱਟਦਾ ਦਿਖਾਈ ਦਿੰਦਾ ਹੈ। ਅਤੇ ਅੱਜ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਦੇ ਉੱਪਰ ਇਸ ਕਲੱਬ ਦੇ ਨਾਲ ਜੁੜੇ ਹੋਏ ਹੋ ਔਰ ਵੱਖ ਵੱਖ ਪੋਸਟਾਂ ਦੇ ਉੱਪਰ ਆਪਣੀ ਸੇਵਾਵਾਂ ਵੀ ਦੇ ਚੁੱਕੇ ਹੋ, ਗੱਲ ਕਰੀਏ ਦੇਖੋ ਅਗਰ ਤਾਂ ਤੁਸੀਂ ਲੈਦਰ ਫੈਡਰੇਸ਼ਨ ਦੇ ਜਿਹੜੇ ਪੰਜਾਬ ਦੇ ਤੁਸੀਂ ਅਹੁਦੇਦਾਰ ਵੀ ਹੈਗੇ ਹੋ ਔਰ ਇਹਨਾਂ ਚੀਜ਼ਾਂ ਦੇ ਨਾਲ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਇੱਕ ਅਲੱਗ ਤੁਹਾਡਾ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਰੁਤਬਾ ਪ੍ਰਾਪਤ ਹੈ, ਅਤੇ ਕਲੱਬ ਦੇ ਲਈ ਆਪਾਂ ਕੀ ਇੱਦਾਂ ਸੋਚਦੇ ਹਾਂ ਵੀ ਜੇ ਤੁਸੀਂ ਜੂਨੀਅਰ ਵਾਈਸ ਪ੍ਰਧਾਨ ਬਣ ਕੇ ਆਉਂਦੇ ਹੋ ਅਤੇ ਮੈਂਬਰਾਂ ਨੂੰ ਕੁਛ ਇੱਦਾਂ ਦੀ ਗੱਲ ਵੀ ਤਾਂ ਹੋਵੇ ਨਾ ਵੀ ਇੱਕ ਤਾਂ ਸਿਰਫ ਆਪਾਂ ਚੁਣਾਵ ਲੜਦੇ ਹਾਂ ਸਿਰਫ ਲੜਨ ਵਾਸਤੇ, ਇੱਕ ਹੈਗਾ ਵਾਕਈ ਮੈਂਬਰਾਂ ਵਾਸਤੇ ਲੜ ਰਹੇ ਹਾਂ, ਮੈਂਬਰਾਂ ਦੀ ਬਿਹਤਰੀ ਲਈ ਲੜ ਰਹੇ ਹਾਂ, ਮੈਂਬਰਾਂ ਲਈ ਕੋਈ ਵਿਜ਼ਨ ਲੈ ਕੇ ਆ ਰਹੇ ਹਾਂ, ਕੀ ਤੁਹਾਡਾ ਕਹਿਣਾ ਜੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਥੈਂਕ ਯੂ ਕਰਦਾ ਅਮਿਤ ਜੀ ਕਿ ਤੁਸੀਂ ਮੈਨੂੰ ਬੁਲਾਇਆ ਅੱਜ ਆਪਣੇ ਇੰਟਰਵਿਊ ਦੇ ਵਿੱਚ ਔਰ ਮੈਂ ਰਿਸਪੈਕਟਡ ਮੈਂਬਰ ਸਾਹਿਬ ਜਲੰਧਰ ਜਿਮਖਾਨਾ ਨੂੰ ਵੀ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦਾ ਜੀ ਸਾਰਿਆਂ ਨੂੰ। ਅਮਿਤ ਜੀ, ਗੱਲ ਇੱਦਾਂ ਹੈ ਕਿ ਜਿਹੜਾ
ਇਸ ਸਿਲਸਿਲਾ ਹੈ ਨਾ ਜੀ ਜਿਮਖਾਨਾ ਦੀ ਇੱਕ ਐਗਜੈਕਟਿਵ ਪੋਸਟ ਤੋਂ ਲੈ ਕੇ ਵਾਈਸ ਪ੍ਰੈਜ਼ੀਡੈਂਟ ਤੱਕ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਤੱਕ, ਇਹ ਬੜਾ ਹੀ ਇੱਕ ਐਕਸਪੀਰੀਅੰਸ ਜੋ ਸਿੱਖਣ ਵਾਲਾ ਸਫ਼ਰ ਰਿਹਾ ਜੀ। ਹਰ ਜਗ੍ਹਾ 'ਤੇ ਤੁਸੀਂ ਜਦੋਂ ਇੱਕ ਕੰਮ ਕਰਦੇ ਹੋ ਨਾ ਜੀ, ਹਰ ਇੱਕ ਡਿਪਾਰਟਮੈਂਟ ਤੁਸੀਂ ਕੰਮ ਕਰਦੇ ਹੋ, ਔਰ ਤੁਸੀਂ ਆਪਣੀ ਜਿਹੜੀ ਗੱਲ ਹੁੰਦੀ ਹੈ, ਆਪਣੇ ਜਿਹੜੇ ਵਿਊਜ਼ ਹੁੰਦੇ ਆ, ਆਪਣੇ ਜਿਹੜੇ ਆਈਡੀਆਜ਼ ਹੁੰਦੇ ਹੋ, ਉਹਨੂੰ ਤੁਸੀਂ ਰਿਪ੍ਰਜੈਂਟ ਕਰਦੇ ਹੋ ਸਮਾਜ ਦੇ ਵਿੱਚ ਜਾਂ ਹਰ ਜਗ੍ਹਾ 'ਤੇ, ਅਤੇ ਲੋਕ ਤੁਹਾਨੂੰ ਬਹੁਤ ਸਰਾਹੁੰਦੇ ਨੇ ਜੀ। ਐਗਜੈਕਟਿਵ ਮੈਂਬਰਸ ਤੋਂ ਲੈ ਕੇ, ਅਤੇ ਦੋ ਵਾਰੀ ਜੂਨੀਅਰ ਵਾਈਸ ਪ੍ਰੈਜੀਡੈਂਟ ਮੈਂ ਰਹਿ ਚੁੱਕਿਆ, ਦੋ ਵਾਰੀ ਐਗਜੈਕਟਿਵ ਮੈਂਬਰ, ਦੋ ਵਾਰੀ ਜੂਨੀਅਰ ਵਾਈਸ ਪ੍ਰੈਜੀਡੈਂਟ। ਜਿਹੜੀ ਇਹ ਪੋਸਟ ਹੈ ਜੂਨੀਅਰ ਵਾਈਸ ਪ੍ਰੈਜੀਡੈਂਟ ਦੀ, ਐਡਮਿਨਿਸਟ੍ਰੇਟਿਵ ਪੋਸਟ ਆ, ਇਹਦੇ ਵਿੱਚ ਇਹ ਤੁਹਾਨੂੰ ਜਿਹੜਾ ਹੈਗਾ ਆਪਣੇ ਆਨਰੇਰੀ ਸੈਕਟਰੀ ਨਾਲ ਔਰ ਆਪਣੀ ਟੀਮ ਨਾਲ ਤੁਹਾਨੂੰ ਸਾਰਾ ਉਹਨੂੰ ਦੱਸਣਾ ਹੁੰਦਾ ਕਿ ਤੁਸੀਂ ਆਹ ਕੰਮ ਆਪਾਂ ਇੱਦਾਂ ਕਰ ਲਈਏ, ਆਪਾਂ ਇੱਦਾਂ ਕਰ ਲਈਏ। ਦੇਖੋ ਡਿਵੈਲਪਮੈਂਟ ਤਾਂ ਬਹੁਤ ਹੋ ਗਈ ਸਾਰੇ ਪਾਸੇ ਹੋ ਗਈ, ਹਜੇ ਹਰ ਜਗ੍ਹਾ ਬਣਾ ਲਿਆ, ਇਮਾਰਤਾਂ ਬਣਾ ਲਈਆਂ, ਬਹੁਤ ਸੁੰਦਰ ਸੁੰਦਰ ਆਪਾਂ ਮਾਹੌਲ ਤਾਂ ਬਹੁਤ ਵਧੀਆ ਬਣਾ ਲਿਆ। ਕਹਿੰਦੇ ਇੱਕ ਖੂਬਸੂਰਤ ਇਮਾਰਤ ਬਣ ਗਈ, ਪਰ ਉਹਦੀ ਜਿਹੜੀ ਆਤਮਾ ਸੀ ਜਾਂ ਉਹਦਾ ਦਿਲ ਸੀ, ਉਹ ਕਿਤੇ ਨਾ ਕਿਤੇ ਉਹ ਦਿਲ ਵੀ ਜਿਹੜਾ ਹੈ ਉਹ ਬੜਾ ਖੂਬਸੂਰਤ ਦਿਲ ਜਿਹੜਾ ਉਹ 'ਚ ਧੜਕਦਾ ਦਿਲ, ਉਹ ਚਾਹੀਦਾ ਸੀ। ਹਾਂ ਦੇਖੋ ਇਹ ਗੱਲ ਤੁਹਾਡੀ ਸਹੀ ਹੈਗੀ ਹੈ ਕਿ ਅਸੀਂ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਬਣਾ ਲਈਆਂ, ਡਿਵੈਲਪਮੈਂਟ ਪ੍ਰੋਪਰ ਕਰ ਲਈ, ਸਾਰਾ ਕੁਝ ਕਰ ਲਿਆ। ਹੁਣ ਸਾਡੀ ਟੀਮ ਦਾ ਇਹ ਇੱਕ ਸੁਪਨਾ ਹੈ ਕਿ ਅਸੀਂ ਉਹਨੂੰ ਜਿਹੜਾ ਅਪਡੇਸ਼ਨ ਆ ਉਸੀ ਸਿਸਟਮ ਨੂੰ ਕੈਲੀਬਰੇਟ ਕਰਕੇ ਅਪਡੇਟ ਕਰੀਏ, ਉਹਨੂੰ ਹੋਰ ਉੱਪਰ ਲੈ ਜਾਈਏ, ਤਾਂ ਕਿ ਸਿਸਟਮ ਸਾਡੇ ਕੋਲ ਆ ਗਿਆ, ਉਸ ਸਿਸਟਮ ਦੇ ਵਿੱਚ ਹੋਰ ਕੀ ਅਸੀਂ ਚੀਜ਼ ਲਗਾਉਂਦੇ ਹਾਂ ਅੱਜ ਦੇ ਹਿਸਾਬ ਨਾਲ, ਅੱਜ ਦੀ 2024 ਦੇ ਹਿਸਾਬ ਨਾਲ, ਔਰ ਜੇ ਕੀ ਚਾਹੀਦਾ ਹੈਗਾ ਉਹਨੂੰ ਫੁਲਫਿਲ ਕਰਕੇ ਅਸੀਂ ਉਹਨੂੰ ਟੋਪ ਲੈਵਲ 'ਤੇ ਲੈ ਜਾਂਦੇ। ਜਿੱਦਾਂ ਇੱਕ ਮੈਂ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ ਕਿ 27 ਸਪਟੰਬਰ ਨੂੰ, ਸ਼ਾਇਦ ਅਗਰ ਮੈਂ ਰੋਂਗ ਨਹੀਂ ਹੋਇਆ, ਤਾਂ AGM ਹੋਈ ਸੀ ਇੱਕ, ਨਹੀਂ 29 ਸਪਟੰਬਰ ਨੂੰ, ਯੈਸ, ਔਰ 29 ਸਪਟੰਬਰ ਨੂੰ ਜਦੋਂ AGM ਹੋਈ ਪਹਿਲੀ ਵਾਰੀ, ਉਹਦੇ 'ਚ ਮੈਂ ਇੱਕ ਵਿਜ਼ਨ ਦਿੱਤਾ ਸੀ ਕਿ ਇੱਥੇ ਆਪਾਂ ਇੱਕ ਵੈਜੀਟੇਰੀਅਨ ਕਿਚਨ ਲੈ ਕੇ ਆਉਂਦੇ ਹਾਂ। ਰਾਜੂ ਜੀ ਤੁਸੀਂ ਇਸ ਤੋਂ ਪਹਿਲੇ ਅੱਗੇ ਗੱਲ ਕਰੋ, ਪਰ ਮੈਂ ਤੁਹਾਨੂੰ ਟੋਕ ਰਿਹਾ, ਮਾਫ਼ ਕਰਨਾ। ਅਚੀਵਰਸ ਗਰੁੱਪ ਨੇ ਬੜਾ ਮੈਨੀਫੈਸਟੋ ਦਿੱਤਾ, ਉਹਦੇ 'ਚ ਸੈਪਰੇਟ ਵੈਜੀਟੇਰੀਅਨ ਕਿਚਨ ਦਾ ਵੀ ਉਹਨਾਂ ਨੇ ਇੱਕ ਉਹਦੇ 'ਚ ਮਤਲਬ ਆਪਣਾ ਪੁਆਇੰਟ ਰੱਖਿਆ, ਔਰ ਪ੍ਰੋਗਰੈਸਿਵ ਗਰੁੱਪ ਦਾ ਹਾਲੀ ਮੈਨੀਫੈਸਟੋ ਜਿਹੜਾ ਪਬਲਿਕ ਨਹੀਂ ਹੋਇਆ, ਪਬਲਿਸਾਈਜ਼ ਨਹੀਂ ਹੋਇਆ, ਅਤੇ ਇਹ ਅਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਸੈਪਰੇਟ ਕਿਚਨ ਦੀ, ਇਹ ਤਾਂ ਅਚੀਵਰ ਗਰੁੱਪ ਨੇ ਕਹਿਤੀ ਉਹਨੂੰ। ਅਮਿਤ ਜੀ ਗੱਲ ਇੱਦਾਂ ਹੈਗੀ ਹੈ ਕਿ ਮੈਂ ਅਜੇ ਤੱਕ ਉਹਨਾਂ ਦਾ ਮੈਨੀਫੈਸਟੋ ਨਹੀਂ ਦੇਖ ਸਕਿਆ, ਤੁਸੀਂ ਕਹਿ ਰਹੇ ਹੋ ਅਤੇ ਉਹਨਾਂ ਅਗਰ ਮੈਨੀਫੈਸਟੋ 'ਚ ਪਾਇਆ ਹੈ, ਚਲੋ ਇਹ ਵੀ ਵਧੀਆ ਕੰਮ ਹੈ ਕਿ ਉਹ ਇਹਨਾਂ ਨੇ ਮੈਨੀਫੈਸਟੋ 'ਚ ਪਾਇਆ ਹੈ ਜੀ। ਲੇਕਿਨ ਮੈਂ ਤੁਹਾਨੂੰ ਤੁਹਾਡੇ ਜਾਣਕਾਰੀ ਲਈ ਦੱਸ ਦੇਵਾਂ, ਸ਼ਾਇਦ ਮੇਰੇ ਕੋਲ ਇੱਥੇ ਉਹ ਅਖਬਾਰ ਦਾ ਕਟਿੰਗ ਹੋਏਗੀ, ਮੈਂ ਇੱਕ ਮਿੰਟ ਤੁਹਾਨੂੰ 1 ਮਿੰਟ ਦਾ ਸਮਾਂ ਲਊਂਗਾ ਸਰ ਤੁਹਾਡੇ ਕੋਲ ਜੀ। ਜੀ ਜ਼ਰੂਰ, ਆਹ ਤੁਸੀਂ ਦੇਖ ਸਕਦੇ ਹੋ ਕਿ ਇਹ ਅਖਬਾਰ ਹੈਗੀ ਹੈ ਜੀ, ਜਲੰਧਰ ਸਵੇਰਾ ਜੀ, 30 ਤਰੀਕ ਦੀ ਅਖਬਾਰ ਹੈ, 30 ਸਪਟੰਬਰ ਦੀ, ਔਰ ਇਹਦੇ 'ਚ ਲਿਖਿਆ ਗਿਆ ਹੈ ਕਿ ਵੈਜੀਟੇਰੀਅਨ ਕਿਚਨ ਅਲੱਗ ਕੀ ਜਾਏ, ਪੂਰਵ ਜੂਨੀਅਰ ਵਾਈਸ ਪ੍ਰੈਸੀਡੈਂਟ SPS ਵਿਰਕ। ਆਹ ਤੁਸੀਂ ਆਪਣਾ ਅਗਰ ਦੇਖ ਸਕਦੇ ਹੋ ਤਾਂ ਪੁਸ਼ਟੀ ਲਈ ਤੁਸੀਂ ਦੇਖ ਲਓ। ਜੀ 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 ਬਿਲਕੁਲ ਸਹੀ ਗੱਲ ਕਹਿ ਰਹੇ ਹੋ ਦੋਸਤੋ, ਇਹ ਮੇਰੇ ਕੋਲ ਇਹ ਖਬਰ ਹੈਗੀ ਹੈ ਜਿਸ ਦੇ ਵਿੱਚ ਕਿ ਇੱਥੇ ਇਹ ਲਿਖਿਆ, ਔਰ ਅਖਬਾਰ ਉਹ ਵੀ ਇੱਕ ਨੈਸ਼ਨਲ ਲੈਵਲ ਦੀ ਅਖਬਾਰ, ਲੀਡਿੰਗ ਵਨ ਆਫ ਦਾ ਲੀਡਿੰਗ ਨਿਊਜ਼ ਪੇਪਰ ਦੇ ਵਿੱਚ, ਇਹ ਪਿਛਲੇ ਸਾਲ ਦੀ ਗੱਲ ਹੈ, ਗਲਤ ਤਾਂ ਨਹੀਂ ਹੋ ਸਕਦੀ। ਚਲੋ ਇਹ ਗੱਲ ਸਹੀ ਹੈ, ਚਲੋ ਮੰਨ ਲੈਂਦੇ ਹਾਂ ਵੀ ਚਲੋ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡਾ ਅਤੇ ਅਚੀਵਰ ਦਾ ਜਾਂ ਸਾਰੇ ਜਿਹੜੇ ਉਮੀਦਵਾਰ ਨੇ ਉਹ ਮੈਂਬਰਾਂ ਦੀ ਬਿਹਤਰੀ ਲਈ ਕੁਛ ਅੱਛੇ ਸਟੈਪ ਲੈਣਾ ਚਾਹੁੰਦੇ ਨੇ। ਥੋੜ੍ਹਾ ਜਿਹਾ ਮਾਮੀ ਜੀ ਤੁਹਾਨੂੰ ਕਹਾਂਗਾ ਕਿ ਵਿਜ਼ਨ ਜਿਹੜਾ ਹੁੰਦਾ ਨਾ ਜੀ, ਵਿਜ਼ਨ ਤਾਂ ਉਹੀ ਹੁੰਦਾ ਕਿ ਜਿਹੜਾ ਪਹਿਲਾਂ ਵਿਜ਼ਨ ਦੇ ਦੇਵੇ ਜੀ। ਜਦੋਂ ਮੈਂ ਵਿਜ਼ਨ ਦਿੱਤਾ ਸੀ ਤਾਂ ਮੈਨੂੰ ਲੋਕਾਂ ਨੇ ਕਿਹਾ ਵੀ ਸੀ ਕਿ ਹੈ ਵਟ ਇਜ਼ ਦਿਸ ਵੈਜੀਟੇਰੀਅਨ ਕਿਚਨ, ਕਿਉਂ ਅਲੱਗ ਲੈ ਕੇ ਆਉਣਾ ਚਾਹੁੰਦਾ ਹੈ। ਅੱਜ ਉਹ ਵੈਜੀਟੇਰੀਅਨ ਕਿਚਨ ਇੱਕ ਤਰੀਕੇ ਦਾ ਸ਼ਹਿਰ ਦਾ ਹਰ ਪਾਸੇ ਕੋਨੇ ਕੋਨੇ 'ਚ ਚਰਚਾ ਹੋਣ ਲੱਗ ਪਈਆਂ। ਮੈਂ ਕੱਲ੍ਹ ਕਿਤੇ ਬੈਠਾ ਸੀ, ਉਹਨਾਂ ਨੇ ਵੀ ਕਿਹਾ ਕਿ ਸਾਨੂੰ ਵੈਜੀਟੇਰੀਅਨ ਕਿਚਨ ਦਾ, ਰਾਜੂ ਜੀ ਤੁਸੀਂ ਕਿਹਾ ਸੀ ਉਹ ਕਰਵਾਓ।
ਵੈਜੀਟੇਰੀਅਨ ਕਿਚਨ ਦੇ ਨਾਲ ਨਾਲ ਮੈਂ ਇੱਕ ਹੋਰ ਐਡ ਕਰ ਰਿਹਾ ਕਿ ISO ਸਰਟੀਫਾਈਡ ਕਿਚਨ ਮੈਂ ਪੜ੍ਹਦਾ ਪਿਆ ਸੀ ਕੱਲ੍ਹ, ਉਹ ਵੀ ਹੈਗੀਆਂ। ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਖਾਣਾ ਵਧੀਆ ਨਹੀਂ ਹੈ ਜੀ, ਕੇਟਰਿੰਗ ਵਧੀਆ ਨਹੀਂ ਹੈ ਜੀ, ਨਹੀਂ ਉਹ ਪ੍ਰੋਬਲਮ ਇਹ ਹੈਗੀ ਹੈ, ਇੱਕ ਤਾਂ ਕਿਚਨ ਛੋਟੀ ਹੈਗੀ ਆ, ਨੰਬਰ 2 ਪ੍ਰੋਬਲਮ ਇਹ ਹੈ ਕਿ ਅਗਰ ਅਸੀਂ ISO ਸਰਟੀਫਾਈਡ ਉਸ ਚੀਜ਼ ਨੂੰ ਕਰ ਦਿੰਦੇ ਹਾਂ ਜੀ, ਇਸ ਚੀਜ਼ ਨੂੰ ਤਾਂ ਵਿੱਚ ਤੁਸੀਂ ਦੇਖੋ, ਅਸੀਂ ਫੈਕਟਰੀਆਂ ਚਲਾਉਂਦੇ ਹਾਂ, ਮੰਨ ਲਓ ਕਿਸੇ ਦੀ ISO ਸਰਟੀਫਾਈਡ ਫੈਕਟਰੀ ਹੈਗੀ ਆ, ਉਸ ਬੰਦੇ ਨੂੰ ਪੁੱਛ ਕੇ ਦੇਖਣਾ ਉਹਨੂੰ ਹਰ ਸਾਲ ਦੇ ਵਿੱਚ ਕੈਲੀਬ੍ਰੇਸ਼ਨ ਕਰਾਉਣੀ ਪੈਂਦੀ ਹੈ। ਜੀ ਜੀ ਜੀ, ਜੇ ਤੁਸੀਂ ਕੈਲੀਬ੍ਰੇਸ਼ਨ ਕਰਾਓਗੇ ਤਾਂ ਤੁਹਾਡਾ ਇੱਕ ਇੱਕ ਇਕਵਿਪਮੈਂਟ ਵੀ ਕੈਲੀਬਰ ਹੋਏਗਾ। ਹਾਂ ਨਹੀਂ, ਨਾਲੇ ਉਹ ਸਮੇਂ ਸਮੇਂ ਸਿਰ ਉਹਨੂੰ ਐਡਵਾਂਸਮੈਂਟ ਔਰ ਉਹਦੀ ਜਾਂਚ ਵੀ ਹੁੰਦੀ ਰਹਿੰਦੀ ਹੈ। ਐਗਜੈਕਟਲੀ, ਹੁਣ ਤੁਹਾਨੂੰ ਜਿੱਦਾਂ ਅੱਜ ਕੱਲ੍ਹ ਆਟੋਮੈਟਿਕ ਗੱਡੀਆਂ ਐਗਜ਼ਾਮਪਲ ਦੇ ਤੌਰ 'ਤੇ ਆਟੋਮੈਟਿਕ ਕਾਰਸ ਆ ਗਈਆਂ, ਆਟੋਮੈਟਿਕ ਕਾਰਸ ਨੂੰ ਚਲਾਉਣ ਲਈ ਨੋਰਮਲ ਡਰਾਈਵਰ ਨਹੀਂ ਚਲਾ ਪਾਏਗਾ, ਜੀ ਜੀ ਜੀ, ਉਹਨੂੰ ਚਲਾਉਣ ਲਈ ਸਪੈਸ਼ਲਿਸਟ ਡਰਾਈਵਰ ਲੈ ਕੇ ਆਉਣਾ ਪਏਗਾ, ਠੀਕ ਹੈ। ਉਸੇ ਤਰ੍ਹਾਂ ਸਰਟੀਫਾਈਡ ISO ਸਰਟੀਫਾਈਡ ਕਿਚਨ ਨੂੰ ਵੀ ਚਲਾਉਣ ਲਈ ਐਵੇਂ ਕੈਟਰਰ ਨਹੀਂ ਆਏਗਾ, ਉਹਨੂੰ ਵਧੀਆ ਆਏਗਾ ਜਿਹੜਾ ਕਿ ਉਹਨੂੰ ਚਲਾ ਸਕਦਾ ਹੈ। ਤੇ ਉਹ ਇੱਕ ਤਰ੍ਹਾਂ ਦੀ ਸਾਡੇ ਵਿੱਚ ਮੇਰੇ ਖਿਆਲ ਕਿ ਨੌਰਥ ਇੰਡੀਆ ਦੇ ਵਿੱਚ ਕਹਿ ਸਕਦੇ ਹਾਂ, ਜਾਂ ਆਪਾਂ ਆਪਣੇ ਪੰਜਾਬ 'ਚ ਕਹਿ ਸਕਦੇ ਹਾਂ ਕਿ ਦਿਸ ਵਿਲ ਬੀ ਦਾ ਫਸਟ ਕਲੱਬ, ਅਗਰ ਇਹ ਡ੍ਰੀਮ ਸਾਡਾ ਮੇਰਾ ਔਰ ਸਾਰੀ ਟੀਮ ਦਾ ਸਾਕਾਰ ਹੋ ਜਾਂਦਾ ਹੈ ਤਾਂ ਆਈ ਵਿਲ ਬੀ ਲਾਈ ਰੀਅਲੀ ਹੈਪੀ ਕਿ ਦਿਸ ਵਿਲ ਬੀ ਦਾ ਫਸਟ ਕਲੱਬ ਇਨ ਨੌਰਥ ਇੰਡੀਆ ਔਰ ਇਨ ਪੰਜਾਬ ਹੂ ਇਜ਼ ਟੈਲਿੰਗ ਕਿ ਆਪਣੇ ਕੋਲ ਜਿਹੜੀ ਕਿਚਨ ਹੈਗੀ ਆ ਉਹ ਵੈਜੀਟੇਰੀਅਨ ਕਿਚਨ ਅਲੱਗ ਆ, ਨੋਨ ਵੈਜੀਟੇਰੀਅਨ ਕਿਚਨ ਅਲੱਗ ਹੈਗੀ ਆ। ਮੈਂ ਰਾਜੂ ਜੀ ਤੁਹਾਡੀ ਇਹਦੇ 'ਚ ਗੱਲ ਇੱਕ ਐਡ ਕਰਨਾ ਚਾਹੂੰਗਾ ਦੋਸਤੋ, ਇਹ ਗੱਲ ਕਿਉਂ ਮੈਂ ਥੋੜ੍ਹੀ ਕੋਰਲੇਟ ਕਿਉਂ ਕਰ ਪਾ ਰਿਹਾ, ਮੈਂ ਬੜਾ ਲੰਬਾ ਸਮਾਂ ਨਾ ਲੁਧਿਆਣੇ, ਮੈਨੂੰ ਪਿਛਲੇ ਸਾਲ ਮੈਂ ਲਗਾਤਾਰ ਲੁਧਿਆਣੇ ਹਫ਼ਤੇ 'ਚ ਦੋ ਦੋ ਤਿੰਨ ਤਿੰਨ ਵਾਰੀ ਇੱਕ ਹੋਟਲ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਸੀ, ਮੇਰਾ ਬ੍ਰੇਕਫਾਸਟ ਉੱਥੇ ਹੀ ਹੁੰਦਾ ਸੀ, ਕੋਈ ਬਿਜ਼ਨਸ ਮੀਟਿੰਗ ਹੁੰਦੀ ਸੀ ਸਾਡੀ। ਉਸ ਹੋਟਲ ਬਾਰੇ ਮੈਨੂੰ ਇੱਕ ਦਿਨ ਜਾਣਕਾਰੀ ਦਿੱਤੀ ਉਹਨਾਂ ਦੇ ਉੱਥੇ ਦੇ ਜਿਹੜੇ GM ਸੀ, ਉਹ ਮੈਨੂੰ ਕਹਿੰਦੇ ਵੀ ਸਾਡੇ ਕੋਲ ਇੱਕ ਕਿਚਨ ਹੈ, ਪਿਓਰ ਵੈਜ ਕਿਚਨ ਹੈ, ਜਿਹੜੀ ਕਿਚਨ ਦੇ ਉੱਪਰ ਅਸੀਂ ਮੋਰ ਦੈਨ 30 ਲੱਖ ਰੁਪਏ ਸਪੈਂਡ ਕੀਤਾ ਅਤੇ ਉਹ ਜੈਨ ਕਿਚਨ ਹੈ। ਮੈਂ ਕਿਹਾ ਜੀ ਜੈਨ ਕਿਚਨ, ਮੈਂ ਸਮਝਿਆ ਨਹੀਂ। ਕਹਿੰਦੇ ਜੀ ਪੂਰੇ ਪੰਜਾਬ ਦੇ ਵਿੱਚੋਂ, ਈਵਨ ਨੌਰਥ ਇੰਡੀਆ ਵਿੱਚੋਂ ਵੀ ਜਿਹੜੀ ਜੈਨ ਕਮਿਊਨਿਟੀ ਹੈ, ਅਗਰ ਉਹਨਾਂ ਨੇ ਕੋਈ ਮੈਰਿਜ ਕਰਨੀ ਹੈ ਨਾ ਕਿਤੇ ਵੀ, ਤਾਂ ਉਹਨਾਂ ਦੀ ਫਸਟ ਚੋਇਸ ਦੁਨੀਆ ਇੱਧਰ ਜਿੱਧਰ ਹੋ ਜਾਏ ਉਹ ਉਹਨਾਂ ਦਾ ਹੋਟਲ ਹੈ। ਕਿਉਂ? ਕਿਉਂਕਿ ਉੱਥੇ ਉਹਨਾਂ ਕੋਲ ਸੈਪਰੇਟ ਜੈਨ ਕਿਚਨ ਹੈ, ਇੱਕ ਇੱਕ ਚੀਜ਼ ਅਲੱਗ ਹੈ, ਕੋਈ ਚੀਜ਼ ਟੱਚ ਨਹੀਂ ਕੀਤੀ ਜਾਂਦੀ ਇੱਕ ਦੂਸਰੇ ਦੇ ਨਾਲ, ਔਰ ਜੈਨ ਕਮਿਊਨਿਟੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਰਾਜੂ ਜੀ ਅੱਜ ਦੇ ਜ਼ਮਾਨੇ ਦੇ ਵਿੱਚ ਮੈਨੂੰ ਦੇਖਣ ਨੂੰ, ਅਗਰ ਆਪਾਂ ਗੱਲ ਕਰੀਏ, ਕਿਉਂਕਿ ਅਸੀਂ ਵੀ ਦੇਖੋ ਜਰਨਲਿਸਟ ਨੂੰ ਬਿਲੋਂਗ ਕਰਦੇ ਹਾਂ, ਬੜੀ ਥਾਂ ਆਉਣਾ ਜਾਣਾ ਵੀ ਹੁੰਦਾ ਔਰ ਬੜਾ ਅਸੀਂ ਅਪ ਟੂ ਡੇਟ ਵੀ ਰਹਿੰਦੇ ਹਾਂ, ਬਹੁਤ ਸਾਰੇ ਲੋਕ ਜਿਹੜੇ ਨੋਨ ਵੈਜੀਟੇਰੀਅਨ ਸੀ ਉਹ ਵੈਜੀਟੇਰੀਅਨ ਵੱਲ ਕਨਵਰਟ ਹੁੰਦੇ ਜਾ ਰਹੇ, ਈਵਨ ਕਿ ਵੀਗਨ ਬਹੁਤ ਜ਼ਿਆਦਾ ਇਸ ਵੇਲੇ ਇੱਦਾਂ ਹੋ ਗਿਆ ਵੀ ਕਿਸੇ ਵੇਲੇ ਲੋਕਾਂ ਨੂੰ ਵੀਗਨ ਸ਼ਬਦ ਦਾ ਪਰਿਭਾਸ਼ਾ ਨਹੀਂ ਸੀ ਪਤਾ, ਗਲੂਟਨ ਫਰੀ ਲੋਕਾਂ ਨੂੰ ਨਹੀਂ ਸੀ ਪਤਾ। ਹੁਣ ਤਾਂ ਅਸੀਂ ਜਿਹੜੀ ਜਗ੍ਹਾ ਜਾਂਦੇ ਹਾਂ ਉੱਥੇ ਸਪੈਸ਼ਲ ਕੈਟੇਗਰੀ ਹੁੰਦੀ ਹੈ, ਵੀਗਨ ਫੂਡ ਅਵੇਲੇਬਲ ਹੇਅਰ, ਗਲੂਟਨ ਫਰੀ ਫੂਡ ਅਵੇਲੇਬਲ ਹੇਅਰ, ਅਤੇ ਦੇਖੋ ਉਹ ਬੰਦੇ ਸਾਡੇ ਕਲੱਬ ਦੇ ਵੀ ਮੈਂਬਰ ਹੈਗੇ ਨੇ, ਜਿਹੜਾ ਸ਼ਹਿਰ ਦੀ ਇੱਕ ਐਲੀਟ ਕਲਾਸ ਦਾ ਕਲੱਬ ਹੈ, ਵਨ ਆਫ ਦਾ ਮੋਸਟ ਰਿਨੋਨਡ ਕਲੱਬ ਇਨ ਨੌਰਥ ਇੰਡੀਆ ਦਾ ਦਰਜਾ ਪ੍ਰਾਪਤ ਹੈ, ਅਤੇ ਉੱਥੇ ਅਗਰ ਇਹ ਕਿਚਨ ਵਾਲਾ ਅਗਰ ਵਾਕਈ ਮੁੱਦਾ ਕੋਈ ਵੀ ਆਵੇ, ਮੇ ਦਾ ਬੈਟਰ ਮੈਨ ਵਿਨ, ਮੈਂ ਤਾਂ ਇਹ ਕਹੂੰਗਾ। ਚਲੋ ਤੁਸੀਂ ਵੀ, ਤੁਹਾਨੂੰ ਵੀ ਸਾਡੀਆਂ ਸ਼ੁਭਕਾਮਨਾਵਾਂ ਹੈਗੀਆਂ, ਤੁਸੀਂ ਵੀ ਚੁਣਾਵ ਲੜ ਰਹੇ ਹੋ, ਜਿੱਤ ਕੇ ਆਓ, ਮੈਂ ਤਾਂ ਜ਼ਰੂਰ ਕਹੂੰਗਾ। ਔਰ ਜੇ ਕੋਈ ਹੋਰ ਵੀ ਆਉਂਦਾ ਹੈਗਾ, ਕੋਈ ਟੀਮ ਆਉਂਦੀ ਹੈ, ਦੋਨੋਂ ਮਿਕਸ ਹੋ ਕੇ ਟੀਮ ਆਉਂਦੀ ਹੈ, ਕੋਈ ਇੱਕ ਟੀਮ ਪੂਰਾ ਕਲੀਨ ਸਵੀਪ ਕਰ ਦਿੰਦੀ ਹੈ, ਤਾਂ ਵੀ ਮੇਰੀ ਇਹ ਤਾਂ ਬੜੀ ਇਸ ਗੱਲ ਦੀ ਉਮੀਦ ਹੋਏਗੀ ਵੀ ਇਹ ਜਿਹੜਾ ਤੁਹਾਡਾ ਵਿਜ਼ਨ ਹੈ, ਜਿਹੜਾ ਤੁਸੀਂ ਇੱਕ ਸਾਲ ਤੋਂ ਵਿਜ਼ਨ ਨੂੰ ਲੈ ਕੇ ਚੱਲ ਰਹੇ ਸੀਗੇ, ਔਰ ਕੁਝ ਦਿਨ ਪਹਿਲੇ ਤੁਸੀਂ ਇਸ ਗੱਲ ਦੀ ਘੋਸ਼ਣਾ ਵੀ ਕੀਤੀ ਸੀਗੀ, ਇਹ ਸੈਪਰੇਟ ਵੈਜ ਕਿਚਨ ਵਾਕਈ ਸਮੇਂ ਦੀ ਜ਼ਰੂਰਤ ਹੈ, ਔਰ ਇਸ ਚੀਜ਼ ਨੂੰ ਆਉਣਾ ਵੀ ਚਾਹੀਦਾ ਕਲੱਬ ਦੇ ਵਿੱਚ, ਲੋਕ ਇਹਨੂੰ ਵਾਕਈ ਸਰਾ ਰਹੇ ਨੇ, ਔਰ ਅਗਰ ਇਹ ਗੱਲ ਅਮਲੀ ਜਾਮਾ ਇਹਨੂੰ ਪਹਿਨਾ ਦਿੱਤਾ ਜਾਂਦਾ ਤਾਂ ਬਹੁਤ ਵੱਡਾ ਮਾਈਲਸਟੋਨ ਐਸਟੈਬਲਿਸ਼ ਹੋ ਜਾਏਗਾ ਕਲੱਬ ਦੀ ਹਿਸਟਰੀ ਦੇ ਵਿੱਚ। ਐਗਜੈਕਟਲੀ, ਇੱਕ ਤਰੀਕ ਪਹਿਲਾਂ ਕੀ ਹੈਗੇ, ਜਦੋਂ ਵਿਨ ਜਿਹੜੀ ਪਹਿਲੀ ਕਿਚਨ ਬਣੀ ਸੀ ਅਮਿਤ ਜੀ, ਉਦੋਂ ਸਾਡੇ ਆਲਰੇਡੀ ਸੈਕਟਰੀ ਐਡਵੋਕੇਟ ਦਲਜੀਤ ਸਿੰਘ ਛਾਬਰਾ ਜੀ ਸੀ, ਜੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਦੋਂ ਸਾਡੇ ਕਮਿਸ਼ਨਰ ਸਾਹਿਬ ਹੁੰਦੇ ਸੀ ਵੈਂਕਟ ਰਤਨਮ ਸਾਹਿਬ,
ਐਡਵੋਕੇਟ ਦਲਜੀਤ ਸਿੰਘ ਛਾਬਰਾ ਜੀ ਨੇ ਕਿਹਾ ਅਤੇ ਵੈਂਕਟ ਰਤਨਮ ਸਾਹਿਬ ਨੇ ਕਿਹਾ ਕਿ ਆਪਾਂ ਇੱਕ ਇੱਦਾਂ ਦੀ ਕਿਚਨ ਬਣਾਉਣੀ ਹੈ ਜਿਹਦੇ ਵਿੱਚ ਕਿ ਇਹਨੂੰ ਹਾਈਜੀਨ ਹੋਵੇ। ਉਦੋਂ ਜਿਹੜਾ ਕਨਸੈਪਟ ਸੀ ਉਹ ਕਿਚਨ ਦਾ ਉਹੀ ਸੀ ਕਿ ਆਪਾਂ ਬਾਹਰੋਂ ਚਲੇ ਜਾਓ, ਚਾਦਰਾਂ ਲੈ ਆਓ, ਇਕਵਿਪਮੈਂਟ ਬਣਾ ਦਿਓ। ਉਹ ਐਡਵੋਕੇਟ ਦਲਜੀਤ ਸਿੰਘ ਛਾਬਰਾ ਐਂਡ ਵੈਂਕਟ ਰਤਨਮ ਸਰ, ਔਰ ਮੈਂ ਇੱਕ ਹੋਰ ਨਾਮ ਲਵਾਂਗਾ ਗੁਲਸ਼ਨ ਸ਼ਰਮਾ ਜੀ ਦਾ, ਜੀ 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 ਉਦੋਂ ਚੇਅਰਮੈਨ ਸੀ, ਮੈਂ ਸਭ ਕਮੇਟੀ ਦਾ ਚੇਅਰਮੈਨ ਤੁਸੀਂ ਤਾਂ ਬਣਿਆ। ਗੁਲਸ਼ਨ ਸ਼ਰਮਾ ਜੀ ਨੇ ਕਿਹਾ ਕਿ ਮੈਨੂੰ ਰਾਜੂ ਵਿਰਕ ਵੀ ਨਾਲ ਦਿਓ, ਔਰ ਐਡਵੋਕੇਟ ਦਲਜੀਤ ਸਿੰਘ ਛਾਬਰਾ ਜੀ ਨੇ ਵੀ ਮੇਰੇ 'ਤੇ ਪੂਰੀ ਜ਼ਿੰਮੇਵਾਰੀ ਦਿੱਤੀ ਉਸ ਵੇਲੇ। ਮੈਂਬਰ ਸਾਹਿਬਾਨ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇੱਕ ਉਹ ਕਿਚਨ ਦਾ ਜਿਹੜਾ ਕਨਸੈਪਟ ਸੀ ਕਿ ਕਿਚਨ ਦੇ ਵਿੱਚੋਂ ਖਾਣਾ ਅੰਦਰ ਬਣਦਾ ਹੋਵੇ, ਔਰ ਤੁਸੀਂ ਰੈਸਟੋਰੈਂਟ 'ਤੇ ਬੈਠੇ ਹੋ ਔਰ ਤੁਹਾਨੂੰ ਸਾਰੇ ਨਜ਼ਰ ਆਉਂਦੇ ਹੋਣ ਸ਼ੈਫ ਕੰਮ ਕਰਦੇ ਹੋਏ ਅੰਦਰ, ਉਹ ਕਨਸੈਪਟ ਜਿਹੜਾ ਹੈ ਉਸ ਵੇਲੇ ਟਾਈਮ 'ਤੇ ਐਡਵੋਕੇਟ ਦਲਜੀਤ ਸਿੰਘ ਛਾਬਰਾ ਆਲਰੇਡੀ ਸੈਕਟਰੀ, ਗੁਲਸ਼ਨ ਸ਼ਰਮਾ ਜੀ ਉਦੋਂ ਮੇਰੇ ਖਿਆਲ ਜੁਆਇੰਟ ਸੈਕਟਰੀ ਸੀ, ਔਰ ਮੈਂ ਉਦੋਂ ਚੇਅਰਮੈਨ ਸੀ ਕਮੇਟੀ ਦਾ ਉਦੋਂ, ਔਰ ਵੈਂਕਟ ਰਤਨਮ ਸਾਹਿਬ ਦੀ ਅਗਵਾਈ ਦੇ ਵਿੱਚ ਆਪਾਂ ਉਹ ਕਿਚਨ ਦਿੱਤੀ ਰੈਸਪੈਕਟਡ ਮੈਂਬਰ ਸਾਰਿਆਂ ਨੂੰ। ਉਹ ਕਿਚਨ ਜਿਹੜੀ ਹੈਗੀ ਆ ਲੋਕ ਦੇਖਣ ਆਉਂਦੇ ਸੀ ਬਾਹਰੋਂ ਕਿ ਇਹ ਜਿਮਖਾਨਾ ਨੇ ਕਿੱਦਾਂ ਦੀ ਨਵੀਂ ਕਿਚਨ ਬਣਾਈ ਆ। ਸੋ ਦ ਥਿੰਗ ਇਜ਼ ਦੈਟ ਯੂ ਹੈਵ ਟੂ ਕ੍ਰੀਏਟ ਅ ਥਿੰਗਸ, ਯੂ ਹੈਵ ਟੂ ਕ੍ਰੀਏਟ ਅ ਵਿਜ਼ਨ। ਜਦੋਂ ਵਿਜ਼ਨ ਤੁਹਾਡੇ ਅੰਦਰ ਆਉਣਾ ਸ਼ੁਰੂ ਹੁੰਦਾ ਹੈ, ਇੱਕ ਹੋਰ ਮਜ਼ੇਦਾਰ ਗੱਲ ਦੱਸਦਾ ਅਮਿਤ ਜੀ, ਹੈਨਰੀ ਫੋਰਡ ਨੇ ਜਦੋਂ ਗੱਡੀ ਬਣਾਈ, ਇਟਸ ਨੋਟ ਰਿਲੇਟਡ ਟੂ ਕਲੱਬ, ਜਦੋਂ ਅਸੀਂ ਆਈਡੀਆ ਦਿੰਦੇ ਨਾ ਕੋਈ ਨਵੇਂ ਆ ਤਾਂ ਲੋਕ ਤੁਹਾਨੂੰ ਹੱਸਦੇ ਵੀ ਆ, ਮਖੌਲ ਵੀ ਕਰਦੇ ਆ। ਹੈਨਰੀ ਫੋਰਡ ਨੇ ਜਦੋਂ ਪਹਿਲੇ ਕਾਰ ਬਣਾਈ ਅਮਿਤ ਜੀ, ਉਹਨੇ ਬੁਲਾਇਆ ਲੋਕਾਂ ਨੂੰ ਕਿ ਡਿਸਪਲੇ ਕੀਤਾ ਕਾਰ, ਅਤੇ ਲੋਕਾਂ ਨੇ ਕਿਹਾ, ਦੋ ਤਰੀਕੇ ਦੇ ਲੋਕ ਹੁੰਦੇ, ਇੱਕ ਆਪਟੀਮਿਸਟਿਕ ਇੱਕ ਪੈਸੀਮਿਸਟਿਕ, ਠੀਕ ਹੈ। ਉਹ ਆਏ ਬੰਦੇ ਆਏ, ਬੜਾ ਉਹਨਾਂ ਨੇ ਦੇਖਿਆ ਕਾਰ ਬੜੀ ਵਧੀਆ। ਇੱਕ ਬੰਦਾ ਉਹ 'ਚ ਇੱਦਾਂ ਵੀ ਸੀ, ਉਹ ਕਹਿੰਦਾ ਤੁਸੀਂ ਤਾਂ ਬੈਕ ਗੇਅਰ ਲਗਾਈ ਨਹੀਂ, ਉਹਨੂੰ ਪਤਾ ਨਹੀਂ ਸੀ ਗੱਡੀ ਬੈਕ ਵੀ ਕਰਨੀ ਪੈਣੀ ਆ। ਕਹਿੰਦਾ ਕੋਈ ਗੱਲ ਨਹੀਂ, ਜੇ ਮੈਂ ਫਰੰਟ ਗੇਅਰ ਲਗਾ ਸਕਦਾ ਤਾਂ ਮੈਂ ਬੈਕ ਗੇਅਰ ਵੀ ਲਗਾ ਸਕਦਾ, ਬਿਲਕੁਲ ਸਹੀ। ਅੱਜ ਉਹ ਕਾਰ ਪਾਪੂਲਰ ਹੈ, ਦੇਖੋ ਬ੍ਰਾਂਡ ਪਾਪੂਲਰ ਆ। ਮੈਂ ਫਿਰ ਯਕੀਨ ਦਿਲਾਉਂਦਾ ਹੈ ਇਹ ਵਿਜ਼ਨ ਦੇ ਉੱਪਰ, ਅਗਰ ਮੈਂ ਆਉਂਦਾ ਮੈਂ ਤਾਂ ਕਰਾਂਗਾ ਹੀ ਕਰਾਂਗਾ ਕੰਮ, ਅਗਰ ਕੋਈ ਹੋਰ ਵੀ ਇਹ 'ਚ ਆਉਂਦਾ ਹੈਗਾ ਉਹ ਵੀ ਇਹਦੇ ਪ੍ਰੋਜੈਕਟ ਦੇ ਉੱਪਰ ਕੰਮ ਕਰਨਗੇ, ਕਿਉਂਕਿ ਇਹ ਸ਼ਹਿਰ ਵਾਸੀਆਂ ਦੀ ਇੱਕ ਬਹੁਤ ਵੱਡੀ ਡਿਮਾਂਡ ਆ ਹਰ ਘਰ ਦੇ ਵਿੱਚ, ਭਾਵੇਂ ਉਹ ਕਿਸੇ ਵੀ ਬਰਾਦਰੀ ਤੋਂ ਬਿਲੋਂਗ ਕਰਦੇ ਹੋ। ਯਕੀਨਨ ਮੰਨੋ ਅੱਜ ਵਰੇ ਜਿੱਦਾਂ ਅਮਿਤ ਜੀ ਨੇ ਕਿਹਾ, ਮੋਰ ਦੈਨ 50% ਬੰਦੇ ਵੈਜੀਟੇਰੀਅਨ ਹੋਣ ਜਾ ਰਹੇ ਹੈਗੇ ਨੇ ਜੀ। ਰਾਜੂ ਜੀ, ਗੱਲ ਕਿਚਨ ਦੀ ਹੋਈ, ਤੁਹਾਡੇ ਵਿਜ਼ਨ ਦੀ ਗੱਲ ਹੋਈ, ਚਲੋ ਇੱਕ ਤਾਂ ਤੁਹਾਡਾ ਪਰਸਨਲ ਨਿੱਜੀ ਤੁਹਾਡਾ ਇੱਕ ਇੱਕ ਸੁਝਾਵ ਵੀ ਸੀ, ਜਾਂ ਤੁਹਾਡਾ ਇੱਕ ਡ੍ਰੀਮ ਕਹਿ ਸਕਦੇ ਹਾਂ, ਸੁਪਨਾ ਸੀਗਾ ਵੀ ਕਲੱਬ ਦੇ ਵਿੱਚ ਇਹ ਚੀਜ਼ ਹੋਵੇ ਅਤੇ ਇਹ ਹੋਣ ਦੇ ਸਾਕਾਰ ਹੋਣ ਦੇ ਵੱਲ ਪਹਿਲਾ ਕਦਮ ਜਿਹੜਾ ਵੱਧ ਗਿਆ ਹੈਗਾ, ਦੂਸਰੇ ਗਰੁੱਪ ਵੱਲੋਂ ਵੀ ਕਹਿਤਾ, ਤੁਹਾਡੇ ਵੱਲੋਂ ਵੀ ਕਹਿਤਾ ਗਿਆ, ਅਤੇ ਕਿਤੇ ਨਾ ਕਿਤੇ ਕਲੱਬ ਮੈਂਬਰਸ ਨੂੰ ਇਹ ਸੁਵਿਧਾ ਮਿਲ ਜਾਏਗੀ। ਅਤੇ ਰਾਜੂ ਜੀ, ਹੁਣ ਚੁਣਾਵਾਂ ਨੂੰ ਬਹੁਤ ਜ਼ਿਆਦਾ ਦੇਰ ਨਹੀਂ ਰਹਿ ਗਈ ਹੈ, ਬਹੁਤ ਸਾਰੇ ਉਮੀਦਵਾਰ ਜਿਹੜੇ ਹੈ ਸਵੇਰੇ 4-5 ਵਜੇ ਘਰੋਂ ਨਿਕਲ ਪੈਂਦੇ ਨੇ, ਬੜੀ ਟਫ ਫਾਈਟ ਹੋ ਗਈ ਹੈ, ਔਰ ਡੋਰ ਟੂ ਡੋਰ ਜਾ ਰਹੇ ਨੇ, ਲਗਾਤਾਰ ਭੱਜ ਦੌੜ ਮੱਚੀ ਹੋਈ ਹੈ, ਠੀਕ ਹੈ, ਔਰ ਬੜਾ ਹੀ ਇੱਕ ਫਸਵਾਂ ਜਿਹਾ ਮੁਕਾਬਲਾ ਹਰ ਸੀਟ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈਗਾ। ਬਾਕੀ ਕਹਿੰਦੇ ਆ ਜੀ, ਕੋਈ ਵੀ ਆਪਾਂ ਅਗਰ ਜੰਗ ਹੁੰਦੀ ਹੈ, ਜੰਗ ਸੌਖੀ ਨਹੀਂ ਹੁੰਦੀ ਲੜਨੀ, ਜਿਹੜਾ ਲੜਦਾ ਹੈਗਾ ਫਰੰਟ 'ਤੇ ਉਹਨੂੰ ਉਹਦੇ ਬਾਰੇ ਪਤਾ ਹੁੰਦਾ ਹੈ। ਸਿੰਪਲ ਅਗਰ ਇੱਕ ਗੱਲ ਕੀਤੀ ਜਾਵੇ, ਇੱਕ ਜਿਹੜਾ ਐਕਸਪੀਰੀਅੰਸ ਹੈ, ਤੁਸੀਂ ਕਾਫੀ ਇਲੈਕਸ਼ਨਸ ਲੜ ਚੁੱਕੇ ਹੋ, ਸਿੰਪਲ ਸ਼ਬਦਾਂ ਦੇ ਵਿੱਚ ਅਗਰ 2 ਸ਼ਬਦਾਂ 'ਚ ਇਸ ਐਕਸਪੀਰੀਅੰਸ ਨੂੰ ਬਿਆਨ ਕੀਤਾ ਜਾਵੇ ਆਪਣੇ ਦਰਸ਼ਕਾਂ ਲਈ, ਵੀ ਇਹ ਕੀ ਫੀਲਿੰਗ, ਕੀ ਅਨੁਭੂਤੀ ਕੀ ਹੁੰਦੀ ਹੈ ਇਲੈਕਸ਼ਨ ਲੜਨ ਵਾਲੇ ਨੂੰ, ਵੀ ਮੈਂ ਯਾਰ ਇਹ ਇਸ ਪੋਸਟ 'ਤੇ ਲੜ ਰਿਹਾ ਅਤੇ ਮੈਨੂੰ ਇਹ ਕੀ ਚੀਜ਼ ਤੁਹਾਨੂੰ ਡਰਾਈਵ ਕਰਦੀ ਹੈ ਇੰਨੀ ਮਿਹਨਤ ਕਰਨ ਨੂੰ, ਵੀ ਸਵੇਰੇ 4 ਵਜੇ ਉੱਠੇ, ਰਾਤੀ 2-2 ਵਜੇ ਤੱਕ ਤੁਸੀਂ ਕੰਮ ਕਰ ਰਹੇ ਹੋ, ਮਿਹਨਤ ਕਰ ਰਹੇ ਹੋ, ਮਿਲਣਾ ਤਾਂ ਕੁਛ ਨਹੀਂ ਹੈਗਾ ਇਹ ਤੋਂ, ਨਾ ਕੋਈ ਤੁਹਾਨੂੰ ਇੱਥੇ ਮਿਹਨਤਾਨਾ ਮਿਲਣਾ, ਨਾ ਤੁਹਾਨੂੰ ਕੋਈ ਤਨਖਾਹ ਮਿਲਣੀ ਹੈ, ਕੋਈ ਸੈਲਰੀ ਤਾਂ ਹੈ ਨਹੀਂ, ਪਰ ਕੀ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ, ਜਿੰਨੇ ਉਮੀਦਵਾਰ ਨੇ ਇੰਨੀ ਮਿਹਨਤ ਕਰਦੇ ਨੇ, ਕੁਛ ਤਾਂ ਮੋਟੀਵੇਸ਼ਨ ਹੋਏਗੀ। ਦੇਖੋ ਅਮਿਤ ਜੀ, ਅਮੰਗ 4,500 ਮੈਂਬਰਸ ਜੀ, ਮੇਰੇ ਖਿਆਲ 'ਚ 16 ਐਗਜੈਕਟਿਵ ਹੈਗੇ ਨੇ ਅਤੇ 8 ਆਫਿਸ ਬੇਅਰਰ ਹੈਗੇ ਨੇ, ਤਾਂ ਫਸਟ ਆਫ ਆਲ ਇਹੀ ਬੜੀ ਵੱਡੀ ਗੱਲ ਹੈ ਕਿ ਅਸੀਂ ਕੰਟੈਸਟ ਕਰ ਰਹੇ ਹਾਂ, ਨੰਬਰ 1। ਨੰਬਰ 2 ਜਿਹੜਾ ਹੈ,
ਕਿ ਲੀਡਰਸ਼ਿਪ ਕੁਆਲਿਟੀ ਤੁਹਾਡੀ ਕ੍ਰੀਏਟ ਹੁੰਦੀ ਆ ਜੀ। ਔਰ ਐਵਰੀ ਇਲੈਕਸ਼ਨ ਜਿਹੜੇ ਤੁਸੀਂ ਦੋ ਸ਼ਬਦਾਂ 'ਚ ਗਿਆ, ਇਹ ਤੁਹਾਨੂੰ ਇੱਕ ਨਵਾਂ ਐਕਸਪੀਰੀਅੰਸ ਦਿੰਦਾ। ਭਾਵੇਂ ਉਹ ਤੁਸੀਂ ਦੇਖੋ ਸ਼ਹਿਰ ਦਾ ਚਾਰ ਕੋਰਨਰ, ਨੌਰਥ, ਸਾਊਥ, ਈਸਟ, ਵੈਸਟ, ਯੂ ਹੈਵ ਟੂ ਮੀਟ ਮੂਵ ਇਨ ਈਚ ਐਂਡ ਐਵਰੀ ਕੋਰਨਰ ਆਫ ਦਾ ਟਾਊਨ। ਔਰ ਜਦੋਂ ਤੁਸੀਂ ਜਾਂਦੇ ਹੋ ਨਾ, ਫਿਰ ਬੰਦਿਆਂ ਨੂੰ ਮਿਲਦੇ ਹੋ, ਤਾਂ ਸ਼ਹਿਰ ਵੀ ਤੁਹਾਡੇ ਲਈ ਨਵਾਂ ਹੋ ਜਾਂਦਾ ਹੈ, ਔਰ ਤੁਹਾਡਾ ਪੁਰਾਣਾ ਜਿਹੜਾ ਸ਼ਹਿਰ ਹੈ ਇਕੱਠਾ ਹੋ ਜਾਂਦਾ ਹੈ, ਉਹ 'ਚ ਨਵੇਂ ਮੈਂਬਰ ਤੇਰੇ ਇੰਟਰੋਡਿਊਸ ਹੁੰਦੇ, ਉਹ ਵੀ ਮਿਲਦੇ ਆ। ਸੋ ਬੇਸਿਕਲੀ ਇਟ ਇਜ਼ ਅ ਕਾਇੰਡ ਆਫ ਲਰਨਿੰਗ ਐਕਸਪੀਰੀਅੰਸਿਸ ਐਵਰੀ ਟਾਈਮ ਜਦੋਂ ਅਸੀਂ ਲੜਦੇ ਹਾਂ, ਕੰਟੈਸਟ ਕਰਦੇ ਹਾਂ, ਐਕਸਪੀਰੀਅੰਸ ਆਉਂਦਾ ਨਵਾਂ। ਔਰ ਇਹ ਇਨਬੋਰਨ ਕੁਆਲਿਟੀ ਹੈਗੀ ਆ, ਇਹ 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 ਨਹੀਂ ਹੈ ਕਿ ਅਸੀਂ ਵੀ ਆਰ ਕੰਟੈਸਟਿੰਗ ਫੋਰ ਦਿਸ ਪਰਟੀਕੁਲਰ ਸੀਟ ਟੂ ਗੈਟ ਸਮਥਿੰਗ ਫਰੋਮ ਦਿਸ ਸੀਟ, ਬਟ ਵੀ ਹੈਵ ਅ ਵਿਜ਼ਨ, ਵੀ ਹੈਵ ਅ ਕੈਲੀਬਰ ਟੂ ਸਰਵ ਯੂ ਇਨ ਅ ਬੈਟਰ ਵੇ, ਤਦ ਹੀ ਅਸੀਂ ਇਲੈਕਸ਼ਨ ਲੜਦੇ ਹਾਂ। ਬਹੁਤ ਸੋਹਣੀ ਗੱਲ ਕਹੀ ਦੋਸਤੋ। ਦੇਖੋ ਇਨਸਾਨ ਨਾ ਵੈਸੇ ਜਿਹੜਾ ਸਹੀ ਇਨਸਾਨ ਉਹੀ ਉਹ ਗਿਣਿਆ ਜਾਂਦਾ ਹੈ ਜਿਹੜਾ ਕਿ ਆਪਣੇ ਜ਼ਿੰਦਗੀ ਦੇ ਆਖਰੀ ਦਮ ਤੱਕ ਸਿੱਖਦਾ ਰਹਿੰਦਾ ਹੈ। ਲਰਨਿੰਗ, ਲਰਨਿੰਗ ਇੱਕ ਇਹੋ ਜਿਹਾ ਸ਼ਬਦ ਹੈ ਜਿਹੜਾ ਇੱਕ ਸਾਡੇ ਜੰਮਦੇ ਇੱਕ ਬੱਚੇ ਦਾ, ਜਦੋਂ ਬਾਈ ਬਰਥ ਤੋਂ ਵੀ ਪਹਿਲੇ ਜਦੋਂ ਉਹ ਮਾਂ ਦੇ ਗਰਭ 'ਚ ਹੁੰਦਾ ਨਿਆਣਾ, ਉਸ ਲਈ ਵੀ ਬਹੁਤ ਕੁਝ ਸਿੱਖਦਾ ਹੈ ਅਤੇ ਐਂਡ ਤੱਕਰ ਉਹ ਬੰਦਾ ਸਿੱਖਦਾ ਰਹਿੰਦਾ। ਅਤੇ ਬੜੀ ਅੱਛੀ ਗੱਲ ਕਹੀ, ਲਰਨਿੰਗ ਇੱਕ ਕਿਹਾ ਜਾ ਸਕਦਾ ਹੈ ਵੀ ਹਰ ਰੋਜ਼ ਕੁਛ ਨਵਾਂ ਕਰਨ ਦੀ ਲਰਨਿੰਗ, ਇਹੀ ਜਿਹੜੀ ਇੱਛਾ ਹੈ, ਇਹੀ ਜਿਹੜੀ ਚਾਹ ਹੈ, ਇਹ ਉਮੀਦਵਾਰਾਂ ਨੂੰ ਇੰਨਾ ਜ਼ਿਆਦਾ ਮੋਟੀਵੇਟ ਕਰ ਦਿੰਦੀ ਹੈ ਵੀ ਉਹ ਦਿਨ ਰਾਤ ਇੱਕ ਕਰਕੇ ਮੈਂਬਰਾਂ ਦੀ ਭਲਾਈ ਲਈ, ਇੱਕ ਅੱਛੇ ਕੰਮ ਕਰਨ ਲਈ, ਅੱਛੀ ਸੋਚ ਦੇ ਨਾਲ, ਅੱਛੇ ਮਨ ਦੇ ਨਾਲ ਇਹ ਇਲੈਕਸ਼ਨ ਲੜਦੇ ਨੇ। ਰਾਜੂ ਜੀ, ਗੱਲਾਂ ਤਾਂ ਬਹੁਤ ਨੇ ਪਰ ਕਿਉਂਕਿ ਸਮਾਂ, ਤੁਸੀਂ ਵੀ ਬਹੁਤ ਸਾਰੀਆਂ ਤੁਹਾਡੀਆਂ ਅੱਗੇ ਰੁਝੇਵੇਂ ਆ, ਔਰ ਅੱਜ ਤੁਸੀਂ ਅੱਜ ਉੱਥੇ ਵੀ ਜਾਣਾ ਹੈਗਾ ਆਪਣਾ ਕਲੱਬ ਵੀ, ਅਤੇ ਅਗਰ ਇੱਕ ਮੈਂਬਰਾਂ ਨੂੰ ਕੋਈ ਅਪੀਲ ਅਗਰ ਤੁਸੀਂ ਕਰਨਾ ਚਾਹੋ ਸਾਡੇ ਦਰਸ਼ਕਾਂ ਨੂੰ, ਸਾਡੇ ਜਿਹੜੇ ਜੋ ਇਹ ਤੁਹਾਡਾ ਵੀਡੀਓ ਦੇਖ ਰਹੇ ਨੇ, ਵੀ ਮੈਂਬਰ ਇਲੈਕਸ਼ਨ ਵਾਲੇ ਦਿਨ ਤੁਹਾਨੂੰ ਕਿਉਂ ਵੋਟ ਪਾਉਣ ਅਤੇ ਤੁਹਾਨੂੰ ਕਿਉਂ ਜਿਤਾਉਣ, ਅਤੇ ਕੋਈ ਉਹਨਾਂ ਨੂੰ ਸੰਦੇਸ਼ ਜਿਹੜਾ ਤੁਸੀਂ ਦੇਣਾ ਚਾਹੁੰਦੇ? ਮੈਂ ਸੰਦੇਸ਼ ਮੇਰਾ ਹੀ ਆ ਵਿਦ ਦਾ ਫੋਲਡਰ ਹੈਂਡਸ ਕਿ ਤੁਸੀਂ ਕੈਂਡੀਡੇਟ ਉਹ ਲੈ ਕੇ ਆਓ ਜਿਹੜਾ ਕੈਂਡੀਡੇਟ ਤੁਹਾਡੇ ਲਈ ਤੁਹਾਡੀ ਆਵਾਜ਼ ਬਣ ਸਕਦਾ ਹੈ, ਉਹ ਜਾ ਕੇ ਤੁਹਾਡੇ ਮੈਟਰਸ ਡਿਸਕਸ ਕਰ ਸਕਦਾ ਹੈ। ਬੰਦਾ ਉਹ ਲੈ ਕੇ ਆਓ ਜਿਹੜਾ ਜਵਾਬਦੇਹੀ ਹੋਵੇ, ਜਿਹੜਾ ਰਿਸਪੋਂਸੀਬਲ ਹੋਵੇ, ਜਿਹੜਾ ਕਹੇ ਕਿ ਹਾਂ ਮੈਂ ਇਹ ਚੀਜ਼ ਕਰਨ ਜਾ ਰਿਹਾ ਹੈ, ਅਗਰ ਇਹਦੇ ਵਿੱਚ ਕੋਈ ਕਮੀ ਰਹਿ ਗਈ ਆ, ਆਈ ਐਮ ਰਿਸਪੋਂਸੀਬਲ, ਉਹ ਬੰਦਾ ਲੈ ਕੇ ਆਓ। ਔਰ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਆਲਰੇਡੀ ਮੈਨੂੰ ਇਸ ਪੋਸਟ ਦੇ ਉੱਪਰ ਦੋ ਵਾਰੀ ਰੈਗੂਲਰ ਮੈਨੂੰ ਵੋਟ ਦੇ ਕੇ ਤੁਸੀਂ ਜਿਤਾਇਆ ਹੈ, ਔਰ ਆਈ ਰਿਮੇਨਡ ਵਾਈਸ ਪ੍ਰੈਸੀਡੈਂਟ, ਜੂਨੀਅਰ ਵਾਈਸ ਪ੍ਰੈਸੀਡੈਂਟ ਆਫ ਦਾ ਕਲੱਬ ਫੋਰ ਦਾ ਟੂ ਕੰਜ਼ੀਕਿਊਟਿਵ ਟਰਮਸ। ਤੋ ਵਿਜ਼ਨ ਹੈਗਾ ਹੈ, ਤੁਹਾਡਾ ਸਾਥ ਚਾਹੀਦਾ ਹੈ, ਮੈਟਰ ਵਿਲ ਬੀ ਡਿਸਕਸ ਡੈਫੀਨੇਟਲੀ, ਹਰੇਕ ਮੁੱਦੇ ਦੇ ਉੱਪਰ ਡਿਸਕਸ਼ਨ ਮੈਂ ਕਰ ਸਕਦਾ ਹੈ, ਤੁਸੀਂ ਸਿਰਫ ਮੈਨੂੰ ਹੌਸਲਾ ਦਿਓ, ਮੇਰੇ ਨਾਲ ਚੱਲੋ, ਔਰ ਮੈਨੂੰ ਚੰਗੀ ਵੋਟ ਦੇ ਕੇ ਮੈਨੂੰ ਇਸ ਪੋਸਟ 'ਤੇ ਲੈ ਕੇ ਆਓ। ਮੈਂ ਤੁਹਾਨੂੰ ਵਾਅਦਾ ਕਰਦਾ ਹੈ ਕਿ ਤੁਹਾਡੇ ਹਰ ਮੈਸੇਜ, ਹਰ ਤੁਹਾਡਾ ਮੈਟਰ ਵਿਲ ਬੀ ਡਿਸਕਸਡ ਔਨ ਦਾ ਪ੍ਰਾਇਰਟੀ ਬੇਸਿਸ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਰਾਜੂ ਜੀ। ਦੋਸਤੋ, ਕਿੰਨੀ ਸੋਹਣੀ ਗੱਲ ਕਹੀ, ਰਿਸਪੋਂਸੀਬਿਲਿਟੀ ਅਤੇ ਅਕਾਊਂਟੇਬਿਲਿਟੀ, ਰਿਸਪੋਂਸੀਬਲ ਵੀ ਹੈ ਅਤੇ ਅਕਾਊਂਟੇਬਲ ਵੀ ਹੈ। ਜਿਹੜਾ ਬੰਦਾ ਅਸੀਂ ਚੁਣ ਕੇ ਲਿਆਉਂਦੇ ਹਾਂ, ਕੋਈ ਵੀ ਉਮੀਦਵਾਰ, ਉਹਨੂੰ ਇਕੱਲੀ ਕੁਰਸੀ 'ਤੇ ਬਾਣ ਨਹੀਂ ਲਿਆ ਰਹੇ, ਕੋਈ ਸ਼ਾਸਨ ਕਰਨ ਨਹੀਂ ਲਿਆ ਰਹੇ, ਅਸੀਂ ਮੈਂਬਰ ਉਹ ਹੁੰਦਾ ਹੈ ਜਿਹੜਾ ਉਹ ਚੁਣ ਕੇ ਆਉਂਦਾ, ਮੈਂਬਰਾਂ 'ਚ ਹੀ ਆਉਂਦਾ, ਔਰ ਉਹਨੇ ਮੈਂਬਰਾਂ ਲਈ ਹੀ ਉੱਥੇ ਬਹਿਣਾ ਇੱਕ ਟਰਮ ਲਈ, ਫਿਕਸ ਟਰਮ ਲਈ। ਕੋਈ ਉੱਥੇ ਕੋਈ ਕਿਸੇ 'ਤੇ ਕੋਈ ਰਾਜ ਕਰਨ ਲਈ, ਕੋਈ ਡੰਡਾ ਚਲਾਉਣ ਲਈ, ਕੋਈ ਇੱਦਾਂ ਨਹੀਂ ਆ ਰਿਹਾ। ਉਹ ਰਿਸਪੋਂਸੀਬਲ ਵੀ ਹੈ ਔਰ ਅਕਾਊਂਟੇਬਲ ਵੀ ਹੈ, ਮੈਂਬਰਾਂ ਦੇ ਪ੍ਰਤੀ ਜਵਾਬਦੇਹੀ ਵੀ ਬਣਦੀ ਹੈ ਔਰ ਉਹਨਾਂ ਦੀ ਗੱਲ ਸੁਣਨੀ ਵੀ ਚਾਹੀਦੀ ਹੈ। ਬੜੀ ਸੋਹਣੀਆਂ ਗੱਲਾਂ ਤੁਸੀਂ ਕਹੀਆਂ ਰਾਜੂ ਜੀ। ਅਸੀਂ ਉਮੀਦ ਕਰਦੇ ਹਾਂ
ਹਾਂ ਕਿ ਤੁਸੀਂ ਇਸ ਵਾਰ ਦੀ ਚੋਣਾਂ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਆਓ। ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ ਹੈਗੀਆਂ ਨੇ। ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਦੋਸਤੋ, ਅਗਰ ਸਮਾਂ ਲੱਗਾ ਤਾਂ ਅਸੀਂ ਰਾਜੂ ਜੀ ਨਾਲ ਇੱਕ ਵਾਰ ਫੇਰ ਤੋਂ ਬਹਿ ਕੇ ਕੁਝ ਹੋਰ ਗੱਲਾਂ ਕਰਾਂਗੇ ਜਿਹੜੀਆਂ ਮੇਰੇ ਮਨ 'ਚ ਅੱਜ ਬਹੁਤ ਸਾਰੀਆਂ ਗੱਲਾਂ ਆਈਆਂ, ਪਰ ਮੈਂ ਅੱਜ ਤਾਂ ਰੁਕ ਗਿਆ ਕਿਉਂਕਿ ਇੱਕ ਸਮੇਂ ਦੀ ਵੀ ਘਾਟ ਹੈ ਅਤੇ ਅਸੀਂ ਜਿਹੜੀ ਨਵੀਂ ਡਿਵੈਲਪਮੈਂਟ ਹੈ ਉਦੋਂ ਤੱਕ ਜਿਹੜੀ ਇਲੈਕਸ਼ਨ ਸੰਡੇ ਤੋਂ ਪਹਿਲੇ ਜਿਹੜੀ ਸਾਡੇ ਕੋਲ ਦੋ ਚਾਰ ਦਿਨ ਪਏ ਨੇ, ਹੋਰ ਜਿਹੜੀ ਡਿਵੈਲਪਮੈਂਟ ਆਏਗੀ ਜੋ ਨਵੀਂ ਇਹਦੇ 'ਚ ਚੀਜ਼ਾਂ ਆਉਣਗੀਆਂ ਅਸੀਂ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣੂ ਕਰਾਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ, ਬਣੇ ਰਹੋ ਹੌਟ ਨਿਊਜ਼ ਇੰਡੀਆ ਦੇ ਨਾਲ। ਨਮਸਕਾਰ। ਨਮਸਕਾਰ।